ਅੱਲਾਹ ਪਾਕ ਦੇ ਕਰਮ ਦੇ ਨਾਲ ਸਲਾਮ ਬੁਲਾਉਂਦਾ ਹਾਂ ਐਫ ਐਮ ਸੀ ਦੇ ਨਾਲ ਜੁੜੀਆਂ ਹੋਈਆਂ ਸਭ ਸੰਗਤਾਂ ਨੂੰ ਸਭ ਦੋਸਤਾਂ ਨੂੰ ਤੇ ਚਲੋ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰੀਏ ਸੱਚੇ ਰੱਬ ਦਾ ਨਾਮ ਲੈ ਕੇ ਰੱਬ ਸੱਚਾ ਮਿਹਰ ਕਰੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਸ ਬਾਰੇ ਦੱਸਾਂਗਾ ਕਿ ਸਰਕਾਰ ਜੀ ਦੇ ਜੋ ਵਾਲਿਦ ਸਾਹਿਬ ਨੇ ਜਾਨੀ ਕਿ ਪਿਤਾ ਜੀ ਉਹਨਾਂ ਦਾ ਹਿੰਦੁਸਤਾਨ ਵੱਲੋਂ ਜਾਨੀ ਕਿ ਪੰਜਾਬ ਵੱਲੋਂ ਆਉਣਾ ਕਿਸ ਤਰ੍ਹਾਂ ਹੋਇਆ ਸੀਗਾ ਆਜੋ ਸ਼ੁਰੂ ਕਰੀਏ ਲਖ ਦਾਤਾ ਪੀਰ ਜੀ ਦੇ ਜੋ ਫਾਦਰ ਸਾਹਿਬ ਨੇ ਜੋ ਵਾਲਿਦ ਨੇ ਉਹਹੋ ਰਸੂਲ ਅੱਲਾਹ ਜਣ ਕੇ ਆਪਣੇ ਨਾਨਾ ਪਾਕ ਜਿਨ੍ਹਾਂ ਨੂੰ ਆਪਾਂ ਨਬੀ ਅਕ੍ਰੀਮ ਕਹਿੰਦੇ ਆ ਉਹਨਾਂ ਦੀ ਦਰਗਾਹ ਹੀ ਜੋ ਉਹਨਾਂ ਦੀ ਜੋ ਮਜ਼ਾਰ ਹੈ ਰੋਜ਼ਾ ਹੈ ਉਹ ਮਦੀਨੇ ਵਿੱਚ ਹੈ ਉੱਥੇ ਉਹਨਾਂ ਨੇ 22 ਸਾਲ ਉਹਨਾਂ ਦੀ ਸੇਵਾ ਕੀਤੀ 22 ਸਾਲ ਰੋਜ਼ਾਏ ਨਬੀ ਦੀ ਉਹਨ ਹੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਵਿੱਚ ਇੱਕ ਦਿਨ ਲਖ ਦਾਤਾ ਪੀਰ ਜੀ ਦੇ ਫਾਦਰ ਸਾਹਿਬ ਆਰਾਮ ਕਰ ਰਹੇ ਸੀਗੇ ਤੇ ਉਹਨਾਂ ਨੂੰ ਖੁਆਬ ਆਇਆ। ਉਹਨਾਂ ਖੁਆਬ ਦੇ ਵਿੱਚ ਰਸੂਲ ਅੱਲਾਹ ਨਬੀ ਪਾਕ ਜੀ ਨੂੰ ਦੇਖਿਆ ਤੇ ਨਬੀ ਪਾਕ ਜੀ ਨੇ ਉਹਨਾਂ ਨੂੰ ਖੁਆਬ ਦੇ ਵਿੱਚ ਫਰਮਾਇਆ ਕਿ ਤੁਸੀਂ ਹਿੰਦੁਸਤਾਨ ਵੱਲੋਂ ਚਲੇ ਜਾਵੋ। ਉਧਰ ਜਾ ਕੇ ਦੀਨ ਇਸਲਾਮ ਨੂੰ ਫੈਲਾਵੋ। ਅੱਲਾਹ ਪਾਕ ਦੇ ਇਸ ਪਿਆਰੇ ਪਿਆਰੇ ਦੀਨ ਨੂੰ ਫਲਾਵੋ। ਕਿਉਂਕਿ ਉਸ ਸਮੇਂ ਹਿੰਦੁਸਤਾਨ ਵਾਲਾ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਪਟਕਾਇਆ ਜਾਂਦਾ ਸੀਗਾ। ਉਸ ਸਮੇਂ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਗਲਤ ਰਾਹ ਤੇ ਪਾਇਆ ਜਾਂਦਾ ਸੀਗਾ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਖੁਆਬ ਦੇ ਵਿੱਚ ਦੀਦਾਰ ਦੇ ਕੇ ਹਿੰਦੁਸਤਾਨ ਵੱਲੋਂ ਆਉਣ ਵਾਸਤੇ ਕਿਹਾ ਇਸ ਤਰ੍ਹਾਂ ਲਖਦਾਤਾ ਪੀਰ ਜੀ ਦੇ ਜੋ ਫਾਦਰ ਸਾਹਿਬ ਨੇ ਉਹ ਬਗਦਾਦ ਦੇ ਰਹਿਣ ਵਾਲੇ ਸੀਗੇ ਉਹਨਾਂ ਨੂੰ ਹਿੰਦੁਸਤਾਨ ਵੱਲੋਂ ਆਉਣ ਦਾ ਹੁਕਮ ਹੋਇਆ ਤੇ ਉਨੀ ਹੁਕਮ ਦੀ ਤਾਲੀਮ ਕੀਤੀ ਤੇ ਉਹ ਹਿੰਦੁਸਤਾਨ ਵੱਲੋਂ ਆ ਗਏ ਸਭ ਕੁਝ ਆਪਣਾ ਬਗਦਾਦ ਸ਼ਰੀਫ ਦੇ ਵਿੱਚ ਛੱਡ ਕੇ ਸਭ ਕੁਝ ਉਥੇ ਛੱਡ ਕੇ ਇਧਰ ਨੂੰ ਉਹ ਰਵਾਨਾ ਹੋਏ ਲੋਕਾਂ ਨੂੰ ਸੱਚੇ ਰੱਬ ਦੇ ਲੜ ਲਾਉਣ ਵਾਸਤੇ ਮੇਰੇ ਦੋਸਤੋ ਇੱਥੇ ਤੁਹਾਡੇ ਨਾਲ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਦੇਖੋ ਅਸੀਂ ਆਪਣਾ ਘਰ-ਬਾਰ ਛੱਡ ਕੇ ਕਿੰਨੇ ਦੁਖੀ ਹੁੰਨੇ ਆ ਅਸੀਂ ਆਪਣੇ ਘਰ-ਬਾਰ ਛੱਡ ਕੇ ਪਿੱਛਾਂ ਦੀ ਸੋਚਦੇ ਰਹਿੰਨੇ ਆ ਪਰ ਤੁਸੀਂ ਵੇਖੋ ਉਹਨਾਂ ਨੇ ਸਾਡੇ ਵਾਸਤੇ ਆਪਣੇ ਘਰ-ਬਾਰ ਛੱਡੇ ਸਾਨੂੰ ਸਿੱਧਾ ਰਾਹ ਦਿਖਾਉਣ ਵਾਸਤੇ ਸਾਨੂੰ ਸੱਚੇ ਰੱਬ ਦੇ ਲੜ ਲਾਉਣ ਵਾਸਤੇ ਧੰਨ ਨੇ ਲਖਦਾਤਾ ਪੀਰ ਜੀ ਦੇ ਫਾਦਰ ਸਾਹਿਬ ਵਾਲਿਦ ਸਾਹਿਬ ਸਖੀ ਜ਼ੈਨਉਲਾਬਦੀਨ ਤੇ ਜਦੋਂ ਉਹਨਾਂ ਦੇ ਫਾਦਰ ਸਾਹਿਬ ਹਿੰਦੁਸਤਾਨ ਵੱਲੋਂ ਆਏ ਤੇ ਉਹ ਮੁਲਤਾਨ ਸ਼ਰੀਫ ਵਿੱਚ ਰੁਕੇ ਉੱਥੇ ਮੁਲਤਾਨ ਦੇ ਵਿੱਚ ਰੁਕੇ ਉੱਥੇ ਉਹਨਾਂ ਨੇ ਰਹਿائش ਕੀਤੀ ਮੁਲਤਾਨ ਦੇ ਵਿੱਚ ਸਬਸਕ੍ਰਾਈਬ ਟੂ ਆਰ ਚੈਨਲ ਕਲਿੱਕਿੰਗ ਸਬਸਕ੍ਰਾਈਬ ਬਟਨ ਐਂਡ ਬੈਲ ਆਈਕਨ